ਸਤਿ ਸ਼੍ਰੀ ਅਕਾਲ ਜੀ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਆਪਾਂ ਲੈ ਕੇ ਆਏ ਆਂ ਆਪਣੀ ਅੱਜ ਦੀ ਨਵੀਂ ਕਲਾਸ ਦੀ ਵੀਡੀਓ ਇਹ ਮਾਡਰਨ ਹਿਸਟਰੀ ਦੀ ਜਿਹੜੀ ਹੈਗੀ ਵੀਡੀਓ ਆ ਇਹ ਤੁਹਾਡੇ ਸਾਰੇ ਪੰਜਾਬ ਲੈਵਲ ਦੇ ਜਿਹੜੇ ਕੰਪੀਟੀਟਿਵ ਐਗਜ਼ਾਮ ਹੈ ਉਹਨਾਂ ਦੇ ਵਿੱਚ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਕੰਮ ਆਉਣ ਵਾਲੀ ਹੈ ਸੋ ਵੀਡੀਓ ਨੂੰ ਜ਼ਰੂਰ ਦੇਖੋ ਲੈਕਚਰ ਮਾਸਟਰ ਅਕੈਡਰਟ ਵੀਐਸਐਸਵੀ ਠੀਕ ਹੈ ਜਿੰਨੀਆਂ ਵੀ ਪੋਸਟਾਂ ਜਿਹੜੀਆਂ ਪੰਜਾਬ ਵਿੱਚ ਚੱਲ ਰਹੀਆਂ ਜਾਂ ਆਉਣ ਵਾਲੇ ਦਿਨਾਂ ਚ ਆ ਸਕਦੀਆਂ ਨੇ ਪੰਜਾਬ ਜੀਕੇ ਦੇ ਨਾਲ ਰਿਲੇਟਡ ਜਾਂ ਪੰਜਾਬ ਲੈਵਲ ਦੀ ਹਿਸਟਰੀ ਦੇ ਨਾਲ ਰਿਲੇਟਡ ਠੀਕ ਹੈ ਜੀ ਸੋ ਆਧੁਨਿਕ ਭਾਰਤ ਦੀ ਹਿਸਟਰੀ ਦੇ ਨਾਲ ਰਿਲੇਟਡ ਹੈ ਸਾਰੇ ਇੰਪੋਰਟੈਂਟ ਕੁਐਸਚਨਸ ਨੇ ਇਹਨਾਂ ਤੋਂ ਬਾਅਦ ਕੋਈ ਕੁਐਸਚਨ ਨਹੀਂ ਛੱਡਿਆ ਗਿਆ ਹੈ ਸੋ ਜੁੜੇ ਰਹੋ ਤੇ ਜੇਕਰ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਸੋ ਆਓ ਜੀ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਦੇਖੋ ਜੀ ਕਹਿੰਦੇ ਗੁਰਦੁਆਰਾ ਸੁਧਾਰ ਲਹਿਰ ਦਾ ਪਹਿਲਾ ਮੋਰਚਾ ਕਿਹੜਾ ਸੀ ਤਾਂ ਗੁਰਦੁਆਰਾ ਸੁਧਾਰ ਲਹਿਰ ਦਾ ਪਹਿਲਾ ਮੋਰਚਾ ਸੀਗਾ ਜੀ ਤਰਨਤਾਰਨ ਸਾਹਿਬ ਦਾ ਮੋਰਚਾ ਅਗਲਾ ਪ੍ਰਸ਼ਨ ਹੈ ਜੀ ਗੁਰਦੁਆਰਾ ਸੁਧਾਰ ਲਹਿਰ ਦਾ ਆਖਰੀ ਮੋਰਚਾ ਕਿਹੜਾ ਸੀ ਗੁਰਦੁਆਰਾ ਸੁਧਾਰ ਲਹਿਰ ਦਾ ਆਖਰੀ ਮੋਰਚਾ ਸੀਗਾ ਜੀ ਜੈਤੋ ਦਾ ਮੋਰਚਾ ਗੁਰਦੁਆਰਾ ਸੁਧਾਰ ਲਹਿਰ ਦੇ ਕਿਹੜੇ ਮੋਰਚੇ ਵਿੱਚ ਸਭ ਤੋਂ ਵੱਧ ਅਕਾਲੀ ਸ਼ਹੀਦ ਹੋਏ ਸੋ ਗੁਰਦੁਆਰਾ ਜਿਹੜੇ ਸੁਧਾਰ ਲਹਿਰ ਆਉਦਾ ਸਭ ਤੋਂ ਵੱਧ ਜਿਹੜਾ ਅਕਾਲੀ ਜਿਹੜੇ ਸੀਗੇ ਸ਼ਹੀਦ ਹੋਏ ਉਹ ਸੀਗੇ ਜੀ ਨਨਕਾਣਾ ਸਾਹਿਬ ਦੇ ਮੋਰਚੇ ਦੇ ਵਿੱਚ ਪੀਡੀ ਆਪਸ਼ਨ ਸਹੀ ਹੈ ਸੋ ਗੁਰਦੁਆਰਾ ਸੁਧਾਰ ਲਹਿਰ ਵੱਲੋਂ ਲਗਾਏ ਗਏ ਅਕਾਲੀ ਮੋਰਚਿਆਂ ਦਾ ਮੁੱਖ ਉਦੇਸ਼ ਕੀ ਸੀਗਾ ਕਿਉਂ ਇਹ ਮੋਰਚੇ ਲਗਾਏ ਗਏ ਸੀਗੇ ਜੀ ਸੋ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਜਿਹੜੇ ਅਕਾਲੀ ਮੋਰਚੇ ਲੱਗੇ ਸੀ ਇਹਦਾ ਮੁੱਖ ਉਦੇਸ਼ ਸੀਗਾ ਜੀ ਮਹਾਂਤਾਂ ਤੋਂ ਗੁਰਦੁਆਰੇ ਨੂੰ ਮੁਕਤ ਕਰਵਾਉਣਾ रेल ਦੁਆਰਾ ਕਿਹੜੇ ਮੋਰਚੇ ਵਿੱਚ ਜੁੜਾ ਹੈਗਾ ਅਕਾਲੀ ਸ਼ਹੀਦ ਹੋਏ ਸੀ ਰੇਲ ਦੁਆਰਾ ਜਿਹੜਾ ਕਿਹੜਾ ਮੋਰਚਾ ਸੀ ਉਹ ਜਿਹਦੇ ਵਿੱਚ ਅਕਾਲੀ ਸ਼ਹੀਦ ਹੋਏ ਸੀਗੇ ਜੀ ਸੋ ਇਹ ਸੀਗਾ ਜੀ ਪੰਜਾ ਸਾਹਿਬ ਦਾ ਮੋਰਚਾ ਸਹੀ ਆਪਸ਼ਨ ਇਹਦੀ ਹੈਗੀ ਹੈ ਜੀ ਸ ਸ ਪੰਜਾ ਸਾਹਿਬ ਦਾ ਮੋਰਚਾ ਜਿਹੜਾ ਹੈਗਾ ਇਹਦੇ ਵਿੱਚ ਸ਼ਹੀਦ ਹੋਏ ਸੀ ਅਕਾਲੀ ਰੇਲ ਦੇ ਦੁਆਰਾ ਕਿਹੜੇ ਅਕਾਲੀ ਮੋਰਚੇ ਵਿੱਚ ਪੰਡਤ ਜਵਾਰ ਲਾਲ ਨਹਿਰੂ ਨੇ ਭਾਗ ਲਿਆ ਪੰਡਤ ਜਵਾਰ ਲਾਲ 네ਹਰੂ ਨੇ ਜੈਤੋ ਦੇ ਮੋਰਚੇ ਦੇ ਵਿੱਚ ਭਾਗ ਲਿਆ ਸੀਗਾ ਜੀ ਗੁਰਦੁਆਰਾ ਸੁਧਾਰ ਲਾਏ ਦਾ ਕਿਹੜਾ ਮੋਰਚਾ ਸਭ ਤੋਂ ਲੰਬਾ ਚੱਲਿਆ ਤੇ ਗੁਰਦੁਆਰਾ ਸੁਧਾਰ ਲਾਏ ਦਾ ਸਭ ਤੋਂ ਲੰਬਾ ਮੋਰਚਾ ਜਿਹੜਾ ਚੱਲਿਆ ਸੀ ਉਹ ਸੀਗਾ ਜੀ ਜੈਤੋ ਦਾ ਮੋਰਚਾ ਜਿਹਦੀ ਵੀ ਈਡੀ ਆਪਸ਼ਨ ਸਹੀ ਹੈ ਅੱਗੇ ਚੱਲਦੇ ਹਾਂ ਜੀ ਕਹਿੰਦੇ ਜਲਿਆਂ ਵਾਲੇ ਬਾਗ ਕਾਂਡ ਕਾਰਨ ਕਿਸ ਨੇ ਆਪਣੇ ਸਰਦ ਦੀ उपाधि ਹੈ ਜਿਹੜੀ ਉਹ ਤਿਆਗ ਦਿੱਤੀ ਸੀ ਸੋ ਸਰਦ ਦੀ उपाधि ਤਿਆਗਣ ਵਾਲਾ ਅਧਿਕਾਰੀ ਕੌਣ ਸੀਗਾ ਤਾਂ ਉਹ ਸੀਗੇ ਜੀ ਰਵਿੰਦਰ ਨਾਥ ਟੈਗੋਰ ਜਦੋਂ ਜਲਿਆਂ ਵਾਲੇ ਬਾਗ ਦੇ ਵਿੱਚ ਕੂਨੀ ਕਤਲੇਆਮ ਹੁੰਦਾ ਅੰਗਰੇਜ਼ਾਂ ਦੁਆਰਾ ਤਾਂ ਇਹਨਾਂ ਨੂੰ ਅੰਗਰੇਜ਼ਾਂ ਨੇ ਸਰਦ ਦੀ उपाधि ਦਿੱਤੀ ਸੀ ਤਾਂ ਉਹ उपाधि ਇਹਨਾਂ ਨੇ ਵਾਪਸ ਕਰਤੀ ਸੀ ਰਵਿੰਦਰ ਨਾਥ ਟੈਗੋਰ ਨੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ ਸੋ ਐਸਐਸਸੀ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਜੀ ਨੌਜਵਾਨ ਭਾਰਤ ਸਭਾ ਦੀ ਸਥਾਪਨਾ 1926 ਈਸਵੀ ਦੇ ਵਿੱਚ ਕੀਤੀ ਗਈ ਸੀਗੀ ਨੌਜਵਾਨ ਭਾਰਤ ਸਭਾ ਦਾ ਪਹਿਲਾ ਪ੍ਰਧਾਨ ਕੌਣ ਸੀ ਤੇ ਨੌਜਵਾਨ ਭਾਰਤ ਸਭਾ ਦਾ ਪਹਿਲਾ ਪ੍ਰਧਾਨ ਰਾਮਚੰਦਰ ਸੀਗਾ ਜੀ ਧਿਆਨ ਰੱਖਣਾ ਰਚਿਤ ਪਾਕ ਸਿੰਘ ਨਾ ਲਾ ਦੇਣਾ ਸੋ ਪਹਿਲੇ ਪ੍ਰਧਾਨ ਜਿਹੜੇ ਸੀਗੇ ਉਹ ਸੀਗੇ ਜੀ ਰਾਮਚੰਦਰ ਅੱਗੇ ਚੱਲਦੇ ਹਾਂ ਜੀ ਨੌਜਵਾਨ ਭਾਰਤ ਸਭਾ ਦਾ ਮੁੱਖ ਦਫ਼ਤਰ ਕਿੱਥੇ ਸਥਾਪਿਤ ਕੀਤਾ ਗਿਆ ਨੌਜਵਾਨ ਭਾਰਤ ਸਭਾ ਦਾ ਜਿਹੜਾ ਮੁੱਖ ਦਫ਼ਤਰ ਹੈ ਉਹ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਪੰਜਾਬ ਵਿੱਚ ਕ੍ਰਾਂਤੀਕਾਰੀ ਅੰਦੋਲਨ ਦੀ ਅਗਵਾਈ ਕੌਣ ਕਰ ਰਿਹਾ ਸੀ ਤਾਂ ਕ੍ਰਾਂਤੀਕਾਰੀ ਅੰਦੋਲਨ ਦੀ ਅਗਵਾਈ ਕਿਸ ਨੇ ਕੀਤੀ ਸੀ ਪੰਜਾਬ ਦੇ ਵਿੱਚ ਤਾਂ ਉਹ ਸੀਗੇ ਜੀ ਲਾਲਾ ਲਾਜਪਤਰਾਏ ਠੀਕ ਹੈ ਉਸ ਤੋਂ ਬਾਅਦ ਚ ਫਿਰ ਜਿਹੜੇ ਹੈਗੇ ਜਿਵੇਂ ਸਰਾਬੇ ਵਰਗੇ ਪਤ ਸਿੰਘ ਖੀਦ ਪਤ ਸਿੰਘ ਵਰਗੇ ਸਾਰੇ ਆਉਂਦੇ ਨੇ ਉਹ ਸਭ ਤੋਂ ਪਹਿਲਾਂ ਇਹਨੂੰ ਲੀਡਿੰਗ ਕੀਤਾ ਲਾਲਾ ਲਾਜਪਤਰਾਏ ਨੇ ਮਿਸਟਰ ਸਾਂਡਰਸ ਦੀ ਹੱਤਿਆ ਵਿੱਚ ਕਿਹੜੇ ਕ੍ਰਾਂਤੀਕਾਰੀ ਦਾ ਯੋਗਦਾਨ ਨਹੀਂ ਸੀ ਪੁੱਛਿਆ ਇਹਨੂੰ ਵੀ ਧਿਆਨ ਦੇ ਵਿੱਚ ਰੱਖਣਾ ਜੀ ਮਿਸਟਰ ਸੈਂਡਰਸ ਦੀ ਹੱਤਿਆ ਦੇ ਵਿੱਚ ਜਿਹੜਾ ਹੈਗਾ ਸੁਖਦੇਵ <th>ਪਰ ਦਾ ਯੋਗਦਾਨ ਨਹੀਂ ਸੀ ਅੱਗੇ ਚੱਲਦੇ ਹਾਂ ਜੀ ਸਰਦਾਰ ਭਗਤ ਸਿੰਘ ਦਾ ਜਨਮ ਕਦੋਂ ਹੋਇਆ ਸਰਦਾਰ ਭਗਤ ਸਿੰਘ ਦਾ ਜਨਮ ਜਿਹੜਾ ਹੈਗਾ ਜੀ ਉਹ 27 ਸਤੰਬਰ 1907 ਨੂੰ ਹੋਇਆ ਸੀਗਾ ਜੀ ਇਹਨੂੰ ਧਿਆਨ ਦੇ ਵਿੱਚ ਰੱਖਣਾ ਜੀ ਇੰਪੋਰਟੈਂਟ ਕੁਐਸਚਨ ਨੇ 27 ਸਤੰਬਰ 1907 ਨੂੰ ਸੋ ਪਲੀਜ਼ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੋ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਦੇ ਰਿਹਾ ਕਰੋ ਅੱਗੇ ਜੀ ਸਰਦਾਰ ਭਗਤ ਸਿੰਘ ਦਾ ਜਨਮ ਕਿੱਥੇ ਹੋਇਆ? ਸਰਦਾਰ ਭਗਤ ਸਿੰਘ ਦਾ ਜਨਮ ਹੋਇਆ ਸੀਗਾ ਜੀ ਬੰਗਾ ਲਾਇਲਪੁਰ ਮੌਜੂਦਾ ਇਹ ਪਾਕਿਸਤਾਨ ਦੇ ਵਿੱਚ ਹੈ ਜੀ। ਅੱਗੇ ਜੀ ਭਗਤ ਸਿੰਘ ਆਪਣਾ ਆਦਰਸ਼ ਕਿਸ ਨੂੰ ਮੰਨਦੇ ਸਨ? ਤਾਂ ਸਰਦਾਰ ਭਗਤ ਸਿੰਘ ਜੀ ਹੈ ਜਿਹੜੇ ਜੀ ਉਹ ਆਪਣਾ ਆਦਰਸ਼ ਕਰਤਾਰ ਸਿੰਘ ਸਰਾਭਾ ਜੀ ਨੂੰ ਮੰਨਦੇ ਸੀਗੇ। ਸਰਦਾਰ ਭਗਤ ਸਿੰਘ ਤੇ ਸਾਥੀ ਨੇ ਕਿੱਥੇ ਬੰਬ ਸੁੱਟੇ? ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਕਿੱਥੇ ਬੰਬ ਸੁੱਟੇ ਸੀਗੇ ਜੀ? ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜਿਹੜੇ ਹੈਗਾ ਕੇਂਦਰੀ ਅਸੈਂਬਲੀ ਹਾਲ ਦਿੱਲੀ ਦੇ ਵਿੱਚ ਜਿਹੜਾ ਹੈਗਾ ਬੰਬ ਸੁੱਟਿਆ ਸੀ ਅੱਗੇ ਚੱਲਦੇ ਹਾਂ ਜੀ ਕਹਿੰਦੇ ਕੇਂਦਰੀ ਅਸੈਂਬਲੀ ਹਾ ਸੌਰੀ ਅਗਲਾ ਪ੍ਰਸ਼ਨ ਹੈ ਜੀ 63 ਦਿਨਾਂ ਦੀ ਪੌਖੜ ਹੜਤਾਲ ਤੋਂ ਬਾਅਦ ਕਿਹੜਾ ਕ੍ਰਾਂਤੀਕਾਰੀ ਸ਼ਹੀਦ ਹੋ ਗਿਆ ਸੀ ਤਾਂ ਪੌਖੜ ਹੜਤਾਲ ਚੱਲੀ ਸੀ ਜੀ ਜੇਲ੍ਹ ਦੇ ਵਿੱਚ ਰਾਈਟਸ ਨੂੰ ਲੈ ਕੇ ਤਾਂ ਇਹ ਜਿਹੜਾ ਇੱਕ ਕ੍ਰਾਂਤੀਕਾਰੀ ਸੀ ਸ਼ਹੀਦ ਹੋਣ ਵਾਲਾ ਇਹ ਸੀਗਾ ਜੀ ਜਤਨਦਾਸ ਤਰੇ ਦਿਨਾਂ ਦੇ ਬਾਅਦ ਜਿਹੜਾ ਹੈਗਾ ਇਹਨੂੰ ਇਹਨਾਂ ਨੂੰ ਮਿੰਡ ਰਿਹਾ ਗਿਆ ਸੀ ਇਹ ਦੀ ਹੋਗੀ ਸੀ ਭੁੱਖ ਦੇ ਕਾਰਨ ਭੁੱਖ ਹੜਤਾਲ ਦੇ ਕਾਰਨ ਅੱਗੇ ਹੈ ਜੀ ਸਰਦਾਰ ਭਗਤ ਸਿੰਘ ਨੇ ਬਟਕੇਸ਼ਵਰ ਦੱਤ ਨੂੰ ਕਿਹੜੇ ਮੁਕਦਮੇ ਤਹਿਤ ਕਾਲੇ ਪਾਣੀ ਦੀ ਸਜ਼ਾ ਸੁਣਾਈ ਸੀ ਭਗਤ ਸਿੰਘ ਤੇ ਬਟਕੇਸ਼ਵਰ ਦੱਤ ਦੋਨਾਂ ਨੂੰ ਸਜ਼ਾ ਸੁਣਾਈ ਗਈ ਸੀ ਅੰਗਰੇਜ਼ੀ ਕੋਰਟ ਦੁਆਰਾ ਤਾਂ ਉਹ ਕਾਲੇ ਪਾਣੀ ਦੀ ਸਜ਼ਾ ਕਿਹੜੇ ਕੇਸ ਦੇ ਵਿੱਚ ਸੁਣਾਈ ਸੀ ਤਾਂ ਉਹ ਸੁਣਾਈ ਸੀ ਜੀ অপਸ਼ਨ ਆੜਾ ਜੰਗਲ ਉਹ ਬੀ ਅਸੈਂਬਲੀ ਬੰਬ ਕੇਸ ਦੇ ਵਿੱਚ ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਕਿਹੜੇ ਮੁਕਾਦਮੇ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਜਿਹੜਾ ਹੈਗਾ ਜੀ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਬਾਅਦ ਦੇ ਵਿੱਚ ਇਹ ਕੇਸ ਉਹਨਾਂ ਦੇ ਉਪਰ ਐਡ ਕੀਤਾ ਗਿਆ ਸੀ ਤੇ ਫਿਰ ਇਸੇ ਕੇਸ ਦੇ ਤਹਿਤ ਉਹਨਾਂ ਨੂੰ ਜਿਹੜਾ ਹੈਗਾ ਦੋਸ਼ੀ ਕਰਾਰ ਦੇ ਕੇ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਭਗਤ ਸਿੰਘ ਸੁਖਦੇਵ ਸਿੰਘ ਤੇ ਰਾਜਗੁਰੂ ਤਿੰਨਾਂ ਨੂੰ ਠੀਕ ਹੈ ਜੀ ਅੱਗੇ ਚੱਲਦੇ ਹਾਂ ਜੀ ਪਾਕ ਸਿੰਘ ਦੇ ਨਾਲ ਸ਼ਹੀਦ ਹੋਣ ਵਾਲੇ ਕ੍ਰਾਂਤੀਕਾਰੀ ਕਿਹੜੇ ਸਨ ਪਾਕ ਸਿੰਘ ਦੇ ਨਾਲ ਸ਼ਹੀਦ ਹੋਣ ਵਾਲੇ ਕਿਹੜੇ-ਕਿਹੜੇ ਕ੍ਰਾਂਤੀਕਾਰੀ ਸੀਗੇ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਰਾਜਗੁਰੂ ਤੇ ਸਖਦੇਵ ਊੜਾ ਤੇ ਆੜਾ ਦੋਨੇ ਠੀਕ ਹੈ ਜੀ ਊੜਾ ਤੇ ਆੜਾ ਦੋਨੇ ਸਸਾ ਆਪਸ਼ਨ ਇਹਦੀ ਸਹੀ ਹੋਊਗੀ ਪਾਕ ਸਿੰਘ ਤੇ ਉਸ ਦੇ ਸਾਥੀਆਂ ਨੂੰ ਕਿਹੜੇ ਸਥਾਨ ਤੇ ਫਾਂਸੀ ਦਿੱਤੀ ਗਈ ਉਹ ਸਥਾਨ ਕਿਹੜਾ ਸੀਗਾ ਜੀ ਜਿੱਥੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਫਾਂਸੀ ਦਿੱਤੀ ਗਈ ਤਾਂ ਉਹ ਸੀਗਾ ਜੀ ਲਹਾਰ ਪਾਕ ਸਿੰਘ ਦਾ ਮੁੱਢਲਾ ਨਾਂ ਕੀ ਸੀ ਤੇ ਪਾਕ ਸਿੰਘ ਦਾ ਮੁੱਢਲਾ ਨਾਂ ਸੀਗਾ ਜੀ ਭਾਗਾ ਵਾਲਾ ਬਚਪਨ ਵਿੱਚ ਬੰਦੂਕਾਂ ਬੀਜਣ ਦੀ ਘਟਨਾ ਕਿਹੜੇ ਕ੍ਰਾਂਤੀਕਾਰੀ ਨਾਲ ਜੁੜੀ ਹੋਈ ਹੈ ਤਾਂ ਬਚਪਨ ਦੇ ਵਿੱਚ ਬੰਦੂਕਾਂ ਬੀਜਣ ਦੀ ਘਟਨਾ ਜਿਹੜੀ ਉਹ ਸਰਦਾਰ ਪਾਕ ਸਿੰਘ ਜੇ ਨਾਲ ਜੁੜੀ ਹੋਈ ਹੈ ਜੀ ਪਾਕ ਸਿੰਘ ਤੇ ਉਸ ਦੇ ਸਾਥੀਆਂ ਨੂੰ ਕਦੋਂ ਸ਼ਹੀਦ ਕੀਤਾ ਗਿਆ ਤਾਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਜਿਹੜਾ ਹੈਗਾ ਜੀ 23 ਮਾਰਚ 1931 ਨੂੰ ਸ਼ਹੀਦ ਕੀਤਾ ਗਿਆ ਇਹディ ਆਪਸ਼ਨ ਜਾਂ ਕਹ ਲੋ ਸੀ ਆਪਸ਼ਨ ਸਹੀ ਹੈ ਸਰਦਾਰ ਭਗਤ ਸਿੰਘ ਦੁਆਰਾ ਲਿਖੀ ਪੁਸਤਕ ਦਾ ਨਾਮ ਕੀ ਹੈ ਤਾਂ ਭਗਤ ਸਿੰਘ ਨੇ ਪੁਸਤਕ ਲਿਖੀ ਹੈ ਜੀ ਪੁਸਤਕਾਂ ਲਿਖੀਆਂ ਕਾਫੀ ਨੇ ਤੇ ਇਹਨਾਂ ਦੇ ਵਿੱਚੋਂ ਆਪਾਂ ਨੂੰ ਉਹਨਾਂ ਨੇ ਇੱਕ ਨਾਮ ਪੁੱਛਿਆ ਤਾਂ ਕਿਹੜੀ ਪੁਸਤਕ ਦਾ ਨਾਮ ਉਹਦਾ ਕੀ ਹੈ ਜੀ ਤਾਂ ਉਹ ਜੇਲ੍ਹ ਡਾਇਰੀ ਹੈ ਜੀ ਭਗਤ ਸਿੰਘ ਦੀਆਂ ਜੇਲ੍ਹ ਡਾਇਰੀਆਂ ਮੋਸਟ ਇੰਪੋਰਟੈਂਟ ਪੜ੍ਹਨ ਵਾਲੀਆਂ ਨੇ ਬਹੁਤ ਵਧੀਆ ਨੇ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਬੰਬ ਫੈਕਟਰੀ ਕਿੱਥੇ ਸਥਾਪਿਤ ਕੀਤੀ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਜਿਹੜੀ ਹੈਗੀ ਹੈ ਜੀ ਬੰਬ ਫੈਕਟਰੀ ਹੈ ਉਹ ਕਿੱਥੇ ਸਥਾਪਿਤ ਕੀਤੀ ਸੀ ਤਾਂ ਉਹ ਉਹਨਾਂ ਨੇ ਲਾਹੌਰ ਅਤੇ ਆਗਰਾ ਦੇ ਵਿੱਚ ਸਥਾਪਿਤ ਕੀਤੀ ਸੀ ਸੱਸਾ ਆਪਸ਼ਨ ਸਹੀ ਹੈ ਜੀ ਊੜਾ ਤੇ ਈੜੀ ਦੋਨੋਂ ਅੱਗੇ ਚੱਲਦੇ ਹਾਂ ਜੀ ਕਹਿੰਦੇ ਪੰਜਾਬ ਦੇ ਵਿੱਚ ਸਾਈਮਨ ਕਮਿਸ਼ਨ ਦੇ ਵਿਰੋਧ ਦੀ ਅਗਵਾਈ ਕਿਸ ਨੇ ਕੀਤੀ ਸਾਈਮਨ ਕਮਿਸ਼ਨ ਆਉਂਦਾ ਤੁਸੀਂ ਪੜਿਆ ਹੈ ਨਾ ਸਾਈਮਨ ਕਮਿਸ਼ਨ ਗੋ ਬੈਕ ਦਾ ਨਾਰਾ ਵੀ ਹੈ ਜਿਹੜਾ ਚੱਲਦਾ ਕਾਫੀ ਪਰਪਲਤ ਹੁੰਦਾ ਹੈ ਉਹ ਪੰਜਾਬ ਦੇ ਵਿੱਚ ਸਾਈਮਨ ਕਮਿਸ਼ਨ ਦੀ ਜਿਹੜੀ ਇਹ ਅਗਵਾਈ ਹੈ ਇਹਦੇ ਵਿਰੋਧ ਦੀ ਉਹ ਕੀਤੀ ਸੀਗੀ ਜੀ ਲਾਲਾ ਲਾਜਪਤਰਾਈ ਜੀ ਨੇ ਅੱਗੇ ਜੀ ਘਟਨਾਵਾਂ ਨੂੰ ਕ੍ਰਮਵਾਰ ਕਰਨਾ ਵੀ ਕਿਹੜੀ ਘਟਨਾ ਕਦੋਂ ਵਾਪਰੀ ਹੈਗੀ ਜਲਿਆਂਵਾਲਾ ਬਾਗ ਕਾਮਾਗਾਟਾ ਮਾਰੂ ਤੇ ਗੁਰੂ ਕਾ ਬਾਗ ਮੋਰਚਾ ਸਰਦਾਰ ਭਗਤ ਸਿੰਘ ਦੀ ਸ਼ਹੀਦੀ ਸੋ ਇਹਦਾ ਸਹੀ ਆਨਸਰ ਆਊਗਾ ਜੀ ਏਡੀ ਸਭ ਤੋਂ ਪਹਿਲਾਂ ਘਟਨਾ ਵਾਪਰੀ ਹੈ ਕਾਮਾਗਾਟਾ ਮਾਰੂ ਕਾਰਨ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਜਲਿਆਂਵਾਲਾ ਬਾਗ ਦੀ ਘਟਨਾ ਵਾਪਰੀ ਦੀ 1919 ਦੇ ਵਿੱਚ ਫਿਰ ਗੁਰੂ ਕਾ ਬਾਗ ਮੋਰਚਾ ਜਿਹੜਾ ਹੈਗਾ ਲੱਗਦਾ ਜੀ ਤੇ ਫਿਰ 1931 ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਹੁੰਦੀ ਹੈ ਸੋ ਸਰਦਾਰ ਭਗਤ ਸਿੰਘ ਦੀ ਸ਼ਹੀਦੀ ਸਮੇਂ ਭਾਰਤ ਦਾ ਵਾਇਸ ਰాయਲ ਕੌਣ ਸੀਗਾ ਸਰਦਾਰ ਭਗਤ ਸਿੰਘ ਦੀ ਸ਼ਹੀਦੀ ਦੇ ਸਮੇਂ ਜਿਹੜਾ ਹੈਗਾ ਜੀ ਭਾਰਤ ਦਾ ਵਾਇਸ ਰాయਲ ਜਾਂ ਕਿ ਲੋ ਜਦੋਂ ਇਹਨਾਂ ਨੂੰ ਫਾਂਸੀ ਦਿੱਤੀ ਗਈ ਤਾਂ ਉਹ ਸੀਗਾ ਜੀ ਲਾਰਡ ਇਰਵਨ ਸਰਦਾਰ ਭਗਤ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਸਰਦਾਰ ਭਗਤ ਸਿੰਘ ਜੀ ਦੇ ਪਿਤਾ ਦਾ ਨਾਮ ਸੀਗਾ ਜੀ ਸਰਦਾਰ ਕਿਸ਼ਨ ਸਿੰਘ ਜੀ ਅਜੀਤ ਸਿੰਘ ਜੀ ਉਹਨਾਂ ਦੇ ਚਾਚਾ ਜੀ ਸੀਗੇ ਠੀਕ ਹੈ ਜੀ ਇਹਦੇ ਵਿੱਚ ਕਨਫਿਊਜ਼ ਨਾ ਹੋਣਾ ਸਰਦਾਰ ਕਿਸ਼ਨ ਸਿੰਘ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ ਅੱਗੇ ਚੱਲਦੇ ਹਾਂ ਜੀ ਸਰਦਾਰ ਭਗਤ ਸਿੰਘ ਜੀ ਦੀ ਮਾਤਾ ਦਾ ਕੀ ਨਾਮ ਸੀ ਸਰਦਾਰ ਭਗਤ ਸਿੰਘ ਜੀ ਦੀ ਮਾਤਾ ਦਾ ਨਾਮ ਮਾਤਾ ਵਿਦਿਆਵਤੀ ਸੀਗਾ ਜੀ ਸਰਦਾਰ ਭਗਤ ਸਿੰਘ ਜੀ ਦੇ ਪਿਤਾ ਪੇਸ਼ੇ ਤੋਂ ਕੀ ਸਨ ਸਰਦਾਰ ਭਗਤ ਸਿੰਘ ਜੀ ਦੇ ਪਿਤਾ ਜਿਹੜੇ ਹੈਗੇ ਜੀ ਉਹ ਪੇਸ਼ੇ ਤੋਂ ਜਿਹੜੇ ਹੈਗੇ ਇੱਕ ਬੀਮਾ ਏਜੰਟ ਸੀਗੇ ਠੀਕ ਹੈ ਜੀ ਬੀਮਿਆਂ ਦਾ ਕੰਮ ਕਰਦੇ ਸੀ ਅੱਗੇ ਚੱਲਦੇ ਹਾਂ ਜੀ ਸਰਦਾਰ ਭਗਤ ਸਿੰਘ ਨੇ ਆਪਣੀ ਅਰੰਭਿਕ ਸਿੱਖਿਆ ਕਿੱਥੋਂ ਹਾਸਲ ਕੀਤੀ ਸਰਦਾਰ ਭਗਤ ਸਿੰਘ ਜੀ ਨੇ ਆਪਣੀ ਅਰੰਭਿਕ ਸਿੱਖਿਆ ਜਿਹੜੀ ਹੈਗੀ ਹੈ ਜੀ ਉਹ ਕਟਕਟ ਕਲਾ ਤੋਂ ਸ਼ੁਰੂ ਕੀਤੀ ਸੀ ਸਰਦਾਰ ਭਗਤ ਸਿੰਘ ਨੇ ਕਿਹੜੇ ਅਖਬਾਰ ਦਾ ਸੰਪਾਦਨ ਕੀਤਾ ਸਰਦਾਰ ਭਗਤ ਸਿੰਘ ਨੇ ਨੌਜਵਾਨ ਅਖਬਾਰ ਦਾ ਸੰਪਾਦਨ ਕੀਤਾ ਸੀਗਾ ਜੀ ਸਸਾ ਆਪਸ਼ਨ ਸਹੀ ਹੈ ਸੋ ਉਸ ਤੋਂ ਅੱਗੇ ਚੱਲਦੇ ਹਾਂ ਜੀ ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਲਾਹੌਰ ਜੇਲ੍ਹ ਤੋਂ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕਿਸ ਨੇ ਕੀਤੀ ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਲਾਹੌਰ ਜੇਲ੍ਹ ਤੋਂ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਜਿਹੜੀ ਭਗਵਤੀ ਚਰਨ ਬੋਸ ਨੇ ਕੀਤੀ ਸੀਗੀ ਜੀ ਬੰਬ ਫਟਣ ਨਾਲ ਕਿਹੜੇ ਕ੍ਰਾਂਤੀਕਾਰੀ ਦੀ ਮੌਤ ਹੋਈ ਬੰਬ ਫਟਣ ਦੇ ਨਾਲ ਭਗਵਤੀ ਚਰਨ ਬੋਰਾ ਦੀ ਜਿਹੜੀ ਹੈਗੀ ਹੈ ਮੌਤ ਹੁੰਦੀ ਹੈ ਜੀ ਠੀਕ ਹੈ ਜੀ ਭਗਵਤੀ ਚਰਨ ਬੋਰਾ ਦੀ ਮੌਤ ਹੁੰਦੀ ਹੈ ਬੰਬ ਫਟਣ ਦੇ ਨਾਲ ਦੁਰਗਾ ਭਾਬੀ ਦਾ ਸਬੰਧ ਕਿਹੜੀ ਪਾਰਟੀ ਨਾਲ ਸੀ ਤੇ ਦੁਰਗਾ ਭਾਬੀਏ ਜਿਹੜੀ ਦਾ ਸਬੰਧ ਨੌਜਵਾਨ ਭਾਰਤ ਸਭਾ ਦੇ ਨਾਲ ਸੀਗਾ ਜੀ ਨੌਜਵਾਨ ਭਾਰਤ ਸਭਾ ਦਾ ਪ੍ਰਮੁੱਖ ਉਦੇਸ਼ ਕੀ ਸੀਗਾ ਜੀ ਨੌਜਵਾਨ ਭਾਰਤ ਸਭਾ ਦਾ ਪ੍ਰਮੁੱਖ ਉਦੇਸ਼ ਹੈ ਜਿਹੜਾ ਉਹ ਸੀਗਾ ਜੀ ਦੇਖੋ ਤੁਹਾਡਾ ਆਨਸਰ ਭਾਰਤ ਦੇ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦਾ ਸਤੰਤਰ ਗਣਰਾਜ ਸਥਾਪਿਤ ਕਰਨਾ ਹੈ ਨਾ ਸਮਾਜਵਾਦ ਜਿਹੜਾ ਮੁੱਖ ਟੀਚਾ ਸੀ ਆਪਾਂ ਕਹਿ ਸਕਦੇ ਹਾਂ ਕਿ ਸੋਸ਼ਲਿਜ਼ਮ ਦੀ ਏਡਾਲੋਜੀ ਤੇ ਚੱਲ ਰਹੀ ਸੀ ਨੌਜਵਾਨ ਭਾਰਤ ਸਭਾ ਤੇ ਪਾਕ ਸੰਦੀਪ ਸਮੁੱਚੀ ਵਿਚਾਰਧਾਰਾ ਲੈਨਨ ਤੋਂ ਕਾਫੀ ਪ੍ਰਭਾਵ ਸੀਗੇ ਠੀਕ ਹੈ ਜੀ ਤੇ ਉਹਨੂੰ ਹੋਰ ਵੀ ਵਧੀਆ ਤੇ ਸੁਚੱਜੇ ਢੰਗ ਨਾਲ ਜਿਹੜਾ ਹੈਗਾ ਅੱਗੇ ਲੈ ਕੇ ਆਉਂਦੀ ਜਾਂ ਕੋਲ ਸਥਾਪਿਤ ਕਰਨ ਦੀ ਹਿੰਮਤ ਜਾਂ ਤਿਆਰ ਰੱਖਦੇ ਸੀਗੇ ਸੋਏ ਸੀਗੇ ਜੀ ਤੁਹਾਡੀ ਅੱਜ ਦੀ ਕਲਾਸ ਜੇਕਰ ਤੁਸੀਂ ਹੋਰ ਵੀਡੀਓਜ਼ ਮਾਸਟਰ ਕਲਾਸ ਦੀਆਂ ਸਾਰੀਆਂ ਵੇਖਣੀਆਂ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਲਿੰਕ ਪਏ ਹਨ ਉੱਥੋਂ ਤੁਸੀਂ ਜਿਹੜੀਆਂ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਜਿਹੜੀਆਂ ਤੁਹਾਡੇ ਹਰ ਇੱਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਕੰਮ ਆਉਣਗੀਆਂ ਤੁਹਾਡੇ ਸਲੇਵਜ਼ ਦੇ ਮੁਤਾਬਕ ਦੇ ਨਾਲ ਦੀ ਨਾਲ ਜੇਕਰ ਕਿਸੇ ਨੇ ਆਨਲਾਈਨ ਬੈਚ ਲੈਣੇ ਆ ਫੀਸਾਂ ਦੇ ਵਿੱਚ ਲਗਭਗ 40% ਦਾ ਡਿਸਕਾਊਂਟ ਹੈ ਜੀ ਠੀਕ ਹੈ ਜੀ ਸੋ ਉਹਦੇ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ 45% ਡਿਸਕਾਊਂਟ ਹੈ ਜੀ ਜੋ ਫੀਸਾਂ ਦੇ ਵਿੱਚ ਚੱਲ ਰਿਹਾ ਉਹਦੇ ਵਿੱਚ ਤੁਹਾਨੂੰ ਮਾਸਟਰ ਕਲੈਕਚਰਲ ਹਿਸਟਰੀ ਤੇ ਪੋਲੀਟੀਕਲ ਸਾਇੰਸ ਇਹ ਤੋਨੋ ਤਿੰਨੋਂ ਬੈਚਸ ਦੇ ਵਿੱਚ ਜਿਹੜਾ ਹੈ ਡਿਸਕਾਊਂਟ ਹੈ ਫੀਸਿਸ ਦਾ ਸੋ ਜਾਣਕਾਰੀ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਕਰ ਸਕਦੇ ਹੋ WhatsApp ਨੰਬਰ ਹੈ ਜੀ 90562 76003 ਸੋ ਇਹ ਸਭ ਤੁਹਾਡਾ WhatsApp ਨੰਬਰ ਹੈ ਜੀ ਸੋ ਇੱਥੇ ਤੁਸੀਂ ਮੈਸੇਜ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ